वाहिगुरु जी का खालसा, वाहिगुरु जी की फतेह। परमात्मा अग्गे अरदास है कि तुसीं हमेशा खुश रहो, तंदुरुस्त रहो ते चढ़दियां कलां दे विच रहो। सो अज शुक्र है वाहिगुरु दा वी पलंबर भाई साहब साडे आ गए, क्योंकि उन्हां दा नवां नवां जिहा ब्याह होया। हुण 2 महीने मैनूं रैसट परे लगदे थे, चलो पता नहीं किहड़े चक्करां विच घूमी गए, कदे मिलनियां करन चले गए, कदे कुछ करन, कदे कुछ कर, ते अज फाइनली उह पहुँच गए ने। ते कल समान लिख के दे गए थे, उस भी समान हल घट गया, हल कहने फलाना फलाना समान साढ़े चेते नहीं रहा, एक परची होर फड़ाती, हुण वह लेने जाना। पहला थोनों मैं समान जिहड़ा माड़ा मोटा इन्होंने फिट किया वो तुम दिखा देना, हो भी मुंडिया से और टेंकी टूंकी जी करती फिट पिछले पासे लाता समान समून जहाँ अच्छा टूटी लाइनी हल अच्छा चलता कम जानी हल तो इधर आ हो गया टूटियाँ और शावर शूवर जो लाते जी उपर ਮਾਰੋਈ ਵਾਲ ਹੈਗੀ, ਸੀਟ ਵੀ ਹੋ ਗਈ ਵਿੱਚ ਫਿੱਟ, ਕੰਮ ਚੱਲ ਰਿਹਾ ਹਲ, ਪਤਾ ਨਹੀਂ ਕਿਆ ਕੁਛ ਘਟਾਤਾ ਇਹਨਾਂ ਨੇ ਹਲ ਵਿੱਚ, ਜਾਣੀ ਉਹਦੇ ਥੱਲੇ ਥੱਲੇ ਵੀ ਕੰਪਲੀਟ ਕਰਤਾ ਹੈ ਨਾ। ਹਾਂ ਸੋ ਚਲੋ ਹੁਣ ਮੈਨੂੰ ਜਾਣਾ ਪੈਣਾ ਜੀ ਕਾਲੀ ਦੇ ਵਿੱਚ, ਕਹਿੰਦੇ ਛੇਤੀ ਦੇ ਸਮਾਨ ਲਿਆ ਕੇ ਦੇ, ਅਸੀਂ ਅੱਜ ਦੁਪਹਿਰ ਤੱਕ ਕਹਿੰਦੇ ਕੰਮ ਨਿਬੇੜਨਾ। ਸੋ ਲਿਆ ਦਵਾਂ ਜੀ ਜਾ ਕੇ ਸਮਾਨ ਇਹਨਾਂ ਵਾਸਤੇ, ਹੈ ਨਾ ਜੀ। ਹੋ ਗਏ ਜੀ, ਹੁਣ ਚੱਲੇ ਹਾਂ ਜੀ ਰੋਪੜ ਨੂੰ, ਪੈਸਾ ਧੇਲਾ ਲੈ ਲਿਆ, ਕਰਨਵੀਰ ਹੋ ਰਿਹਾ ਅੰਦਰ ਤਿਆਰ, ਅਤੇ ਜਾ ਕੇ ਟੂਟੀਆਂ ਤਾਂ ਲਵਾਂਗੇ, ਬਾਅਦ ਦੇ ਵਿੱਚ ਜਿਹੜਾ ਸਮਾਨ ਲੈਣਾ। ਪਰ ਜਿਹੜਾ ਆਪਣੇ ਫਰੈਂਡ ਨੇ ਦੁਕਾਨ ਕੀਤੀ ਹੈ ਉੱਥੇ, ਉਹਨੇ ਬੜਾ ਸ਼ਿੱਦਤ ਦੇ ਨਾਲ ਸੱਦਿਆ ਸੀਗਾ, ਪਰ ਜਾ ਨਹੀਂ ਹੋਇਆ, ਲੇਟ ਹੋ ਗਿਆ। ਅਤੇ ਹੁਣ ਪਹੁੰਚਦੇ ਹਾਂ ਜੀ ਰੋਪੜ, ਪਰ ਕਰਨਵੀਰ ਨੇ ਤਾਂ ਪਹਿਲਾਂ ਡਿਮਾਂਡ ਰੱਖਤੀ, ਕਹਿੰਦਾ ਜਾਂਦਾ ਜਾਂਦਾ ਪਹਿਲਾਂ ਬਰਗਰ ਖਿਲਾਈ। ਦੱਸ ਹੁਣ ਕੱਲ੍ਹ ਵੀ ਖਿਲਾਇਆ ਤਾਂ ਹੁਣ ਇਹਨੂੰ ਅੱਜ ਵੀ ਖਿਲਾਉਣਾ ਪੈਣਾ, ਮੇਰੀ ਤਾਂ ਸਮਝ ਨਹੀਂ ਲੱਗਦੀ ਵੀ ਕਰਾਂ ਕਿਆ। ਸੋ ਦੁਕਾਨ ਜਿਹੜੀ ਖੋਲ੍ਹੀ ਹੈ, ਚਲੋ ਦੁਕਾਨ ਬਾਰੇ ਤੁਹਾਨੂੰ ਉੱਥੇ ਦੱਸੂੰਗਾ ਸਾਰੀ ਦੀ ਸਾਰੀ ਗੱਲਬਾਤ, ਜਾ ਕੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ। ਕਰਨਵੀਰ ਪੁੱਤ ਕਿਆ ਚੱਕਰ ਹੁਣ ਆਉਂਦਾ ਕਦੇ ਨਹੀਂ, ਨਿਕਲ ਫਿਰ ਆ ਜਾ ਫੜ ਦੇ ਕੇ, ਆ ਜਾ ਆ ਜਾ ਆ ਜਾ ਆ ਜਾ। ਆਓ ਜੀ ਚੱਲ ਪਏ ਹਾਂ ਜੀ ਕੰਟਰੋਲ, ਅਤੇ ਮੁੰਡਾ ਕਹਿੰਦਾ ਮੋਟਰਸਾਈਕਲ ਮੈਂ ਚਲਾਉਂ, ਵੈਸੇ ਚਲਾਉਣ ਤਾਂ ਦੇਣਾ ਚਾਹੀਦਾ ਨਹੀਂ ਇਹਨੂੰ, ਪਰ ਮੈਂ ਇਹਦੀ ਬਾਹਾਂ ਫੜੀਆਂ ਹੋਈਆਂ। ਹਾਂ ਆ ਚੱਲ, ਹਾਂ ਛੱਡਣਾ ਛੱਡਣਾ ਕੁਛ ਨਹੀਂ ਹੈਗਾ, ਇਹ ਤਾਂ ਰੋਂਡੀ ਹੋ ਜਾਣੀ ਫਿਰ। ਨਾ 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 ਨਾ, ਪਹਿਲਾਂ ਮੈਨੂੰ ਇਹ ਗੱਲ ਦਾ ਜਵਾਬ ਦੇ ਤੂੰ ਪਹਿਲਾਂ, ਵੀ ਚੱਲਿਆ ਕਿਆ ਕਰਨਾ ਰੋਪਣ ਨੂੰ ਹੁਣ। ਮੈਂ ਭੁੱਲ ਗਿਆ, ਭੁੱਲਿਆ ਤਾਂ ਤੂੰ ਆਪ, ਮੇਰਾ ਨਾਮ ਲਾਈ ਜਾਂਦਾ। ਲੈ ਬਿੱਲ ਮੇਰੇ ਕੋਲ ਸੀਗਾ ਉੱਥੇ, ਇਹ ਭੁੱਲ ਕੇ ਆ ਗਿਆ ਟੂਟੀਆਂ, ਇਹਨੂੰ ਦੱਸਿਆ ਮੈਂ ਹੁਣ, ਹੈਂ ਮੇਰੇ ਨਾਲ ਆ ਤਾਂ ਉਲਟਾ ਝੂਠ ਬੋਲਦਾ ਉਹਨੂੰ, ਤੈਨੂੰ ਮੈਂ ਦੱਸਾਂ। ਹਾਂ ਬੰਦਾ ਬਣ ਜਾ, ਤੈਨੂੰ ਮੈਂ ਦੱਸਾਂ ਬੰਦਾ ਇੱਧਰੋਂ ਕਾਲਾ ਪਲੇ ਨਜ਼ਰ ਆਈ ਜਾਂਦਾ। ਸੋ ਚੱਲੇ ਹਾਂ ਜੀ ਹੁਣ ਕਾਲੇ ਭਾਈ ਦੇ ਕੋਲ, ਨਾਲ ਉੱਥੇ ਜਾ ਕੇ ਦਰਸ਼ਨ ਕਰਾਵਾਂਗੇ, ਰਸਤੇ 'ਚ ਖਾਣਾ ਕਿਆ ਏ, ਕਿਆ ਖਾਣਾ, ਹਾਏ ਹਾਏ ਮੋਟਰਸਾਈਕਲ ਚਲਾਉਂਦਾ ਜੀ ਆ, ਮੇਰਾ ਹੱਥ ਲੱਗ ਫੜਿਆ ਹੋਇਆ, ਹੋਰ ਡਰਾਉਣਾ ਨਹੀਂ ਹੈਗਾ, ਗਲਤ ਕੰਮ ਨਹੀਂ ਕਰਦਾ, ਨਾ ਵੀ ਨਾ ਨਾ। ਪਹੁੰਚ ਗਏ ਹਾਂ ਜੀ ਆਪਾਂ ਆਪਣੇ ਮਿੱਤਰ ਦੀ ਦੁਕਾਨ 'ਤੇ, ਮਿੱਤਰ ਤਾਂ ਨਹੀਂ ਮੈਂ ਕਹਿ ਸਕਦਾ, ਆਪਣਾ ਛੋਟਾ ਬ੍ਰਦਰ ਕਹਿ ਸਕਦਾ। ਅਸੀਂ ਹਰ ਇੱਕ ਦੁੱਖ ਸੁੱਖ ਦੇ ਵਿੱਚ ਇਕੱਠੇ ਹੁੰਦੇ ਹਾਂ, ਅਤੇ ਇਹਦਾ ਨਾਮ ਤੁਸੀਂ, ਨਾਮ ਤਾਂ ਮੈਂ ਤੁਹਾਨੂੰ ਘੱਟ ਦੱਸੂੰਗਾ, ਮੇਰੀ ਪਿਛਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਜਦੋਂ ਵਿੱਕੀ ਦੀ ਮੈਰਿਜ ਸੀਗੀ ਉਸ ਸਮੇਂ ਬੜਾ ਹੱਲਾ ਮਚਾਇਆ ਸੀਗਾ ਇਹਨਾਂ ਨੇ, ਉਹ ਤੁਸੀਂ ਵੀਡੀਓ ਨੂੰ ਕੱਢ ਕੇ ਦੇਖ ਸਕਦੇ ਹੋ। ਅਤੇ ਇਸ ਵੀਰ ਨੇ ਹੁਣ ਕੀਤੀ ਹੈ ਦੁਕਾਨ, ਬੜਾ ਸੰਘਰਸ਼ ਕੀਤਾ ਇਹਨੇ ਪਹਿਲਾਂ, ਸੰਘਰਸ਼ ਕਰਨ ਤੋਂ ਬਾਅਦ ਅੱਜ ਪਰਮਾਤਮਾ ਦੀ ਦਇਆ ਦੇ ਨਾਲ ਇੱਕ ਦੁਕਾਨ ਖੋਲ੍ਹੀ ਹੈ। ਅਤੇ ਮੇਰੀ ਵੀ ਅਰਦਾਸ ਹੈ ਪਰਮਾਤਮਾ ਅੱਗੇ ਵੀ ਵੀਰ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ। ਅਤੇ ਇੱਕ ਗੁਰਸਿੱਖ ਹੋਣ ਦੇ ਨਾਤੇ ਮੈਂ ਇਹਨੂੰ ਪਹਿਲਾਂ ਵੀ ਬਹੁਤ ਜਗ੍ਹਾ 'ਤੇ ਨੋਟ ਕਰਦਾ, ਬੁਲਾ ਦੇ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਅਤੇ ਜਿਹੜੀ ਦੁਕਾਨ ਹੈ ਇਹਦਾ ਪੂਰੇ ਦਾ ਪੂਰਾ ਤੁਹਾਨੂੰ ਹੁਣ ਦੱਸਾਂਗੇ ਵੀ ਕਿਆ ਪ੍ਰੋਸੀਜਰ ਹੈ, ਕਿਆ ਕੁਝ ਹੈਗਾ ਏ। ਅਤੇ ਲੋਕਲ ਜਿੰਨੇ ਵੀ ਵੀਰ ਜਾਂ ਭੈਣਾਂ ਸਾਡੀਆਂ ਆਪਣਾ ਕੋਈ ਇਲੈਕਟ੍ਰੋਨਿਕ ਸਮਾਨ ਹੈ, ਜਿਵੇਂ ਲੈਪਟੋਪ ਹੋ ਗਏ ਹੈ ਨਾ, ਕੰਪਿਊਟਰ ਹੋ ਗਏ, ਬਿਲਕੁਲ, ਅਤੇ ਬਾਕੀ ਘਰਾਂ ਦੇ ਵਿੱਚ ਕੋਈ ਕੈਮਰੇ ਲਵਾਉਣੇ ਆ ਕੋਈ, ਹੈ ਨਾ,
हौली हौली बिच इनकलूड कर लेंगे। इदा का कोई भी मीडिया के नाल रिलेटिव है ना कुछ भी हैगा तो तुसी संपर्क कर सकते हो वीर दे नाल, ते बिल्कुल जैनुअन रेट से वधिया काम, मतलब कहने का भाव मैं अपने इलाके पहला किसी को जॉब करते होंगे सी और अपने इलाके के टोटली जिन्हें भी उधर इदा की कोई दिक्कत आती थी सारियां मैं ब्रदर को भेजा करता सीगा, क्योंकि तसली बख्श काम उहदे लई आपां मतलब कि सिफारिश कर सकते जिहदे ते आपां विश्वास होवे सब तो वड्डा, ते उही विश्वास अज मैं इस वीडियो के जरिए तुहाडे अगे रखना चाहुंदा। अपना मेरा अपना विश्वास है कि वीर दे कोल आओ तुसीं, कोई भी दिक्कत है किसी भी प्रकार की, कोई लैपटॉप के दिक्कत आती है, कोई होर घर पीसी पे है ना, या कोई कहने का भाव जिमें कि कैमरे कूमरे लगते हैं पिंड गुरुद्वारे साहब के होंगे, तो होर शॉप्स से है ना कैमरे लगते हैं है ना, वो सारी सारी रिपेयर नवे इंस्टॉल करने ए टू जैड कम मतलब कि दिमाग के निकलिया, तो अज ये एक पहला वर्कर होने के नाते अज एक मालक बन के बैठे आ। सो मालक साहब बधाइया जी, बधाइया नहीं दी मैं नहीं दिया बधाइया दतिया, सो करन हाँ तू तो कर लग गया इंजॉयमेंट कहना कुछ है बर्गर ही खाना वा जाके बस है इन्हों नहीं जी खिलाया है बर्गर हल बर्गर इन्हों खिलाऊंगा। सो है मेरी रिक्वेस्ट में जरूर तुम सारे ने मनना है, तो ये जी शॉप हैगी है ये शॉप डी ए वी रोड से ना डी ए वी स्कूल रोड हाँ डी ए वी स्कूल रोड से ये ओपो किस चीज़ के ओपोजिट हैगा अपना आइस फैक्ट्री के ओपोजिट है ना, तो वह तस्वीर थोड़ा मैं नाल दी नाल थोड़ी एक दिखा दिना है भी किहड़ा लोगो लग्या है सामने किहड़ा बोर्ड लग्या है, तो होर भी काफ़ी मित्र पहुँच रहे इन्हों बधाइया देने दे वास्ते, पर यह नहीं मैं पता भी ये सवेर के पहुँचे हुए होने हैं मेरे चुके अच्छा सवेर दे आए हुए हैं ना, चलो है तो वैसे मेरे क्लास फैलो है जी भी इदा की कोई दिक्कत नहीं मैं बोल सकता भी एक कहें पंडित दे कोल ना नहीं पंडित क्या हो गया कि एक दुकानदार से चोरी हो जाती है उन्होंने हाल चाल पुछण वास्ते सारे ही आई जाते शाम को एक भाई भाई पूछ लगा कहना किन्ना क नुकसान हो गया तेरा, कहना नुकसान तो सवेर का हल चले रहा जो रात चोर ले गया तो ले गए जोड़ा भी आना मुठी भर लगा पकौड़िया की कद मूंगड़िया की कहना चाके पुछ लगे होर लाला जी कि नुकसान हो गया कहना मेरे तो उही नहीं जा रहा रात वाला तो ले गया ले गई मैं भालदा है भी मेरे जोगा रखा वो समान कुछ के नहीं, पर इन्हें मैं आँदी सारे कोल्ड ड्रिंक देती भाई आ इन पता भी मैं हैगा ये शुगर का मरीज। चलो जी कोई गल नहीं मिलते थोड़ी देर बाद थानू फिर कली कली दे बिच भाई खा ले मैं तो पकौड़े हूँ है नाल नू देती ने चाह पर थोड़ी जी चाह के बिच दुध पा के फिक्की जी कर ली थी चाह, तो हूँ गलबात इदा भी हूँ मैं तो सारा कुछ बोल के दसता हूँ ये दसूगा आप भी भाई क्या क्या काम करता शायद मैंने थोड़ा जहा घट पता हो ना दसने तो यही ड्यूटी बनती है दस भाई मेरा। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਤਾਂ ਪਹਿਲਾਂ ਵੀ ਬੁਲਾਤੀ ਦੀ ਹੁਣ ਫਿਰ ਬੁਲਾ ਦੇ ਕੋਈ ਗੱਲ ਨਹੀਂ ਬੁਲਾ ਲੈਂਦੇ ਜੀ ਦੇਖੋ ਕੈਮਰਿਆਂ ਦਾ ਬੰਦਾ ਕੰਮ ਕਰਦਾ ਪਰ ਜਿਹੜਾ ਆਹ ਕੈਮਰਾ ਇੱਥੇ ਸਾਰੇ ਹੀ ਡਰਨ ਲੱਗ ਜਾਂਦੇ ਹੈ ਨਾ ਅੱਛਾ ਕਿਆ ਅੱਛਾ ਮੈਨੂੰ ਐਂ ਦੱਸ ਵੀ ਲੈਪਟਾਪ ਆਉਂਦਾ ਤੂੰ ਆਪ ਰਿਪੇਅਰ ਕਰਦਾ ਕਿ ਕਿਤੇ ਤੇ ਕਰਵਾ ਕੇ ਦਿੰਦਾ ਸੱਚੀ ਲੈਪਟਾਪ ਦਾ ਜਿੱਦਾਂ ਵਿੰਡੋ ਦਾ ਫਾਲਟ ਆ ਕੁਝ ਹੋਰ ਆ ਹੀਟ ਹੋ ਰਿਹਾ ਹੈ ਹਾਂ ਛੋਟੇ ਮਤਲਬ ਛੋਟੇ ਕੋਈ ਜਿਹੜੇ ਮਦਰਬੋਰਡ ਦਾ ਫਾਲਟ ਆ ਚੰਡੀਗੜ੍ਹ ਤੋਂ ਫਿਰ ਰਿਪੇਅਰ ਕਰਾਉਣਾ ਹਾਂ ਰੋਪੜ 'ਚ ਵੀ ਹੈ ਉਹ ਰੋਪੜ 'ਚ ਵੀ ਕਰ ਦਿੰਦੇ ਰੋਪੜ 'ਚ ਵੀ ਕਰ ਦਿੰਦੇ ਇਹ ਗੱਲ ਤੇਰੀ ਠੀਕ ਆ ਕਿ ਜਣੀ ਇੱਦਾਂ ਬਾਕੀ ਪੀ ਸੀ ਦਾ ਕੰਮ ਤਾਂ ਤੂੰ ਟੋਟਲੀ ਜਾਣ ਗਈ ਆ ਉਹ ਮੈਨੂੰ ਪਤਾ ਹੀ ਆ ਮੈਂ ਦੋ ਤਿੰਨ ਵਾਰ ਪੀ ਸੀ ਤੇ ਤੂੰ ਬਣਵਾਇਆ ਸੀ ਤੇ ਹੋਰ ਆਪਣਾ CCTV ਦਾ ਸਾਰਾ CCTV ਦਾ ਟੋਟਲੀ ਹੈ ਨਾ ਇਹ ਕੈਮਰੇ ਦੇ ਵਿੱਚ ਕੋਈ ਫਾਲਟ ਫੁਲਟ ਆ ਉਹ ਠੀਕ ਕਰ ਦਿੰਦੇ ਕਿ ਉਹ ਵੀ ਠੀਕ ਕਰਾਉਣੇ ਪੈਂਦੇ ਆ ਕੈਮਰੇ ਜਿੱਦਾਂ ਗਰੰਟੀ 'ਚ ਹੁੰਦੇ ਆ ਉਹ ਤਾਂ ਚੇਂਜ ਹੋ ਜਾਂਦੇ ਆ ਰਿਪੇਅਰ ਕੰਪਨੀ ਕਰ ਦਿੰਦੀ ਹੈ ਵੈਸੇ ਕੈਮਰੇ ਹੁੰਦੇ ਜਿੱਦਾਂ ਕੰਪਨੀ ਦੇ ਹੋਵੇ ਚੰਗੇ ਪ੍ਰੋਬਲਮ ਆਉਂਦੀ ਨਹੀਂ ਉਹਨਾਂ 'ਚ ਥੋੜ੍ਹਾ ਬਹੁਤਾ ਵਾਇਰ ਦਾ ਨੁਕਸ ਹੁੰਦਾ ਹੈ ਜਾਂ ਕਨੈਕਟਰ ਦਾ ਨੁਕਸ ਹੁੰਦਾ ਹੈ ਬਸ ਇਹ ਵੀ ਗੱਲ ਠੀਕ ਹੈ ਅਤੇ ਬਾਕੀ ਤਾਂ ਦੇਖੋ ਜੀ ਗੱਲ ਇੱਦਾਂ ਪਤਾ ਲੱਗਦੀ ਜਦੋਂ ਆਪਾਂ ਕਿਸੇ ਗੱਲ ਵਿਚਰਦੇ ਹਾਂ ਹੈ ਨਾ ਕਿਸੇ ਨੂੰ ਅਜਮਾ ਕੇ ਦੇਖਦੇ ਹਾਂ ਤਦੋਂ ਹੀ ਪਤਾ ਲੱਗਦਾ ਵੀ ਬੰਦਾ ਕਿੰਨੇ ਕੁ ਪਾਣੀ ਦੇ ਵਿੱਚ ਹੈ ਮੈਂ ਅਜਮਾਇਆ ਹੋਇਆ ਤਾਂ ਕਰਕੇ ਸਿਫਤ ਕਰ ਰਿਹਾ ਅਤੇ ਹੋਰ ਲੈਪਟੋਪ ਨਵੇਂ ਪੁਰਾਣੇ ਪਹਿਲਾਂ ਤੋਂ ਉੱਧਰ ਵੇਚੀ ਵੂਚੀ ਜਾਂਦੇ ਤੇ ਇੱਧਰ ਵੀ ਕਿਹਨੂੰ ਕੰਮ ਹੈ ਇੱਧਰ ਵੀ ਸਾਰਾ ਕੁਛ ਫਿਰ ਮੈਨੂੰ ਵੀ ਲੈਪਟੋਪ ਲੈ ਕੇ ਦੇ ਦੀ ਕੋਈ ਨਹੀਂ ਜ਼ਰੂਰ ਵਧੀਆ ਜਾ ਉਹ ਉੱਧਰ ਤਾਂ ਫਿਰ ਭਾਈ ਹੁਣ ਸ਼ਾਇਦ ਮੈਂ ਕਹਿ ਨਹੀਂ ਤਾਂ ਸਕਦਾ ਉੱਥੇ ਜ਼ੋਰ ਪ੍ਰੈਸ਼ਰ ਨਹੀਂ ਦਾ ਹੈਗਾ ਇੱਥੇ ਤਾਂ ਮੈਂ
ਪ੍ਰੈਸ਼ਰ ਵੀ ਪਾ ਦੂੰਗਾ ਥੋੜਾ ਜਿਹਾ ਨਾ ਬਿਲਕੁਲ ਮਾਰਾ ਥੋੜੀ ਆ ਕਿਤੇ ਜਾਣਾ ਜੀ ਇਹ ਕਿਤੇ ਇੰਨੇ ਪ੍ਰੈਸ਼ਰ ਨਾਲ ਪਾ ਦੀ ਕਿ ਵੀ ਨਾੜਾ ਨੂੜਾ ਹੀ ਦਬ ਜਵੇ ਨਹੀਂ 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 ਬਾਈ ਆ ਤੁਸੀਂ ਬੜੇ ਸਾਡੇ ਲੈ ਇਹ ਤਾਂ ਗੱਲ ਤੇਰੀ ਠੀਕ ਹੈ ਕੋਈ ਦਿੱਕਤ ਨਹੀਂ ਹੈਗੇ ਬੜੇ ਭਾਈਆਂ ਵਾਲਾ ਹੀ ਰੱਖਣਾ ਪ੍ਰੇਮ ਇਹ ਵੀ ਨਹੀਂ ਗੱਲ ਹੈਗੀ ਜਿੰਨੇ ਕੁ ਕਸਟਮਰ ਪਹਿਲਾਂ ਹੁੰਦੀ ਦੀ ਗੱਲ ਕੁਛ ਹੋਰ ਤਰੀਕੇ ਦੀ ਹੁਣ ਦੱਬ ਘੁੱਟ ਕੇ ਭੇਜਿਆ ਕਰਾਂਗੇ ਵੀ ਨਹੀਂ ਜਾਓ ਤੁਸੀਂ ਇੱਥੇ ਬਾਕੀ ਪੈਸਿਆਂ ਦਾ ਆਧਾਰ ਕਿਧਾਰ ਮਾੜਾ ਜਿਹਾ ਕਰ ਲਿਆ ਕਰੀ ਮੇਰੇ ਕਰਕੇ ਜਿਹੜੇ ਮੇਰੇ ਬੰਦੇ ਹੋਊਗੇ ਮੈਂ ਭੇਜੂਗਾ ਜਿੱਦਾਂ ਤੁਸੀਂ ਕਹੋਗੇ ਹਾਂ ਇਹ ਤਾਂ ਗੱਲ ਬਣਦੀ ਬਣਦੀ ਹੈ ਸੋ ਹੋਰ ਕੋਈ ਕੰਮ ਭਾਈ ਹਾਲ ਤਾਂ ਤਿੰਨ ਕੁ ਕੰਮ ਗਣਾ ਤੇ ਬਾਕੀ ਹਾਲ ਦੁਕਾਨ ਤੇਰੀ ਬਥੇਰੀ ਬੜੀ ਹੈ ਬਹੁਤ ਕੁਛ ਟੰਗ ਹੋ ਜਾਣਾ ਇੱਥੇ ਐਲਸੀਡੀਆਂ ਵੀ ਰੱਖ ਲਾ ਮੈਂ ਕਹਿੰਦਾ ਸਾਰਾ ਕੁਛ ਹੌਲੀ ਹੌਲੀ ਯਾਨੀ ਕਿ ਹੌਲੀ ਹੌਲੀ ਨਹੀਂ ਗੱਲ ਹੌਲੀ ਹੌਲੀ ਬਿਲਕੁਲ ਬਿਲਕੁਲ ਸਾਰਾ ਕੁਛ ਕਰਾਂਗੇ ਤੇ ਕਿਆ ਆਪਣਾ ਪੀਐਮ ਪਰਫੈਕਟ ਮੀਡੀਆ ਪਰਫੈਕਟ ਮੀਡੀਆ ਦੀ ਡਿਜੀਟਲ ਨੈਟਵਰਕ ਹਾਂ ਭਾਈ ਡਿਜੀਟਲ ਦਾ ਜ਼ਮਾਨਾ ਚੱਲ ਰਿਹਾ ਹੈ ਬਿਲਕੁਲ ਜੀ ਤੇ ਪਰ ਮੋਦੀ ਕਰਕੇ ਨਹੀਂ ਦੁਕਾਨ ਕਰੀ ਜੀ ਅਸੀਂ ਨਾ ਹਾਂ ਮੋਦੀ ਵੀ ਕਹਿੰਦਾ ਵੀ ਡਿਜੀਟਲ ਇੰਡੀਆ ਬਣਾਉਣਾ ਉਹਦੇ ਕਰਕੇ ਦੁਕਾਨ ਨਹੀਂ ਕਰੀ ਅਸੀਂ ਉਹਦੇ ਪਹਿਲਾਂ ਹੀ ਕੰਮ ਕਰਦੇ ਹਾਂ ਇਹ ਹਾਂ ਠੀਕ ਹੈ ਨਾ ਗੱਲ ਬਿਲਕੁਲ ਭਾਈ ਸੋ ਬਾਕੀ ਸਾਰਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਰਿਕੁਐਸਟ ਹੈ ਕਰਨ ਵੱਲੋਂ ਵੀ ਕਰਨ ਕਹਿ ਬਈ ਵੀ ਮੇਰੇ ਚਾਚੂ ਦੀ ਦੁਕਾਨ ਤੇ ਆਏ ਹੋ ਜੀ ਸਾਰੇ ਹਾਂਜੀ ਹੈ ਕੀ ਹੋ ਜੂ ਵੀ ਲੈਪਟਾਪ ਜੀ ਜੇ ਵੀ ਖਰਾਬ ਹੋਇਆ ਉਹ ਠਰਵਾਣਾ ਦੋ ਹਾਂ ਮੇਰੇ ਚਾਚੂ ਦੀ ਦੁਕਾਨ ਪਰ ਠੀਕ ਕਰਾਉਣਾ ਜੋ ਹਾਂ ਤੇ ਕਿਹਨੂੰ ਕਿਹਾ ਨਾ ਇਹ ਜਿਹੜੇ ਤੈਨੂੰ ਪਿਆਰ ਕਰਦੇ ਆ ਹੈ ਚੱਲ ਬਸ ਭਾਈ ਇਹ ਵੀ ਬਸ ਨਾ ਫਿਰ ਆਪਣੀ ਮੌਜ ਵਿੱਚ ਹੈ ਜੇ ਬੋਲਣ ਲੱਗੇ ਤਾਂ ਉਹੀ ਓ ਬੋਲੀ ਜਾਂਦਾ ਨਹੀਂ ਬੋਲਦਾ ਤਾਂ ਫਿਰ ਬੋਲਦਾ ਹੀ ਨਹੀਂ ਹੈਗਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਜ਼ਰੂਰ ਮੌਕਾ ਦੇਣਾ ਹੈ ਮੇਰੇ ਵੀਰ ਨੂੰ ਉੱਦਾਂ ਅਸੀਂ ਇਹਨੂੰ ਪਾਬਲਾ ਕਹਿ ਕੇ ਸੱਦਦੇ ਹਾਂ ਛੋਟਾ ਨਾਂ ਇਹਦਾ ਕਾਲਾ ਹੈ ਬੜਾ ਨਾਂ ਪਰਮਿੰਦਰ ਹੈ ਅਤੇ ਪਿੰਡ ਇਹਦਾ ਜੀ ਸਨਾਣਾ ਹੈ ਘਰ ਆਉਣਾ ਜਾਣਾ ਸਾਡਾ ਬਹੁਤ ਪ੍ਰੇਮ ਮੁਹੱਬਤ ਹੈ ਅਤੇ ਆਹ ਐਡਰੈਸ ਜ਼ਰੂਰ ਯਾਦ ਰੱਖਿਓ ਜੀ ਡੀ ਏ ਵੀ ਰੋਡ ਦੇ ਕੋਲ ਆਈਸ ਫੈਕਟਰੀ ਦੇ ਓਪੋਜਿਟ ਪੀ ਐਮ ਪਰਫੈਕਟ ਮੀਡੀਆ ਹੈਲੋ ਜ਼ਰੂਰ ਦਰਸ਼ਨ ਦਿਓ ਜੀ।